ਤੇ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ। ਤੇ ਅੱਜ ਮੈਂ ਮੁਨਤਾਸ਼ ਦੀਆਂ ਡਰੈਸਿਸ ਦੇਖਣੀਆਂ ਏ, ਗਰਮੀਆਂ ਵਾਲੀਆਂ, ਕਿਉਂਕਿ ਅਜੇ ਤਾਂ ਉਹਦੀਆਂ ਪੁਰਾਣੀਆਂ ਹੀ ਪੈ ਰਹੀਆਂ ਏ, ਸਰਦੀਆਂ ਵਾਲੀਆਂ ਹੀ ਕਿਹਾ ਹੋਇਆ ਪਾਉਣ ਨੂੰ। ਸੁਬਹਾ ਸੁਬਹਾ ਥੋੜ੍ਹੀ ਜਿਹੀ ਹਲਕੀ ਜਿਹੀ ਠੰਡ ਹੁੰਦੀ ਏ, ਅਤੇ ਅੱਜ ਦੇਖਦੇ ਹਾਂ ਕਿ ਉਹਦੀਆਂ ਪਹਿਲੇ ਵਾਲੀਆਂ ਪਈਆਂ ਕਿ ਉਹ ਆਉਂਦੀਆਂ ਜਾਂ ਨਹੀਂ। ਫਿਰ ਅਗਰ ਨਹੀਂ ਆਈਆਂ ਤਾਂ ਫਿਰ ਨਿਊ ਲਵਾਂਗੇ ਹੁਣ। ਵੈਸੇ ਤਾਂ ਲਵਾਂਗੇ ਨਿਊ, ਇੱਕ ਇੱਕ ਸੈੱਟ ਤਾਂ ਲਵਾਂਗੀ ਮੈਂ, ਕਿਉਂਕਿ ਫਿਰ ਜਿਹੜੀ ਉਹਦੀ ਸ਼ਰਟ ਹੈ ਨੀਚੇ ਵਾਲੀ ਉਹ ਤਾਂ ਛੋਟੀ ਹੋਏ ਗਈ ਹੋਣੀ, ਸ਼ਰਟ ਸ਼ਾਇਦ ਆ ਜਾਵੇ। ਵੈਸੇ ਉਹ ਵੀ ਮੈਨੂੰ ਲੱਗਦਾ ਨਹੀਂ ਆਊਗੀ, ਚੈੱਕ ਕਰਨੀ ਪੈਣੀ ਹੁਣ ਮੈਨੂੰ। ਅਤੇ ਕਰੋ ਜੀ ਫਿਰ ਵਲੌਗ ਇੰਜੋਏ। ਅਤੇ ਉਹ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਹੈ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ। ਅਤੇ ਇੰਜੋਏ ਕਰੋ ਵਲੌਗ। ਅਤੇ ਹੁਣ ਲੱਗੀ ਹਾਂ ਮੈਂ ਆਪਣੇ ਹੇਅਰ ਕੌਂਬ ਕਰਨ, ਕਿਉਂਕਿ ਫਿਰ ਅਗਰ ਬਿਲਕੁਲ ਸੁੱਕੇ 'ਤੇ ਕੌਂਬ ਕਰੂੰਗੇ ਇੱਦਾਂ ਹੋ ਜਾਂਦੀ ਹੈ। ਅਤੇ ਹੁਣ ਗਰਮੀ ਹੋਣੀ ਸਟਾਰਟ ਹੋ ਗਈ, ਅਤੇ ਗਰਮੀ 'ਚ ਮੈਨੂੰ ਵਾਲਾਂ ਕਰਕੇ ਬਹੁਤ ਤਕਲੀਫ ਹੁੰਦੀ, ਕਿਉਂਕਿ ਫਿਰ ਵਾਲਾਂ 'ਚ ਪਸੀਨਾ ਆ ਜਾਂਦਾ ਹੈ, ਅਤੇ ਫਿਰ ਮੇਰੇ ਬਹੁਤ ਜ਼ਿਆਦਾ ਹੈਡਿਕ ਹੁੰਦਾ ਰਹਿੰਦਾ ਸਾਰੀਆਂ ਗਰਮੀਆਂ ਗਰਮੀਆਂ। ਇਸ ਲਈ ਪਹਿਲਾਂ ਮੈਂ ਸੋਚਿਆ ਵੀ ਤਾਂ ਕਿ ਛੋਟੇ ਕਰਾ ਦੇਵਾਂ, ਫਿਰ ਮੈਂ ਕਿਹਾ ਹੁਣ ਇੰਨੇ ਲੰਬੇ ਹੋਏ ਚੱਲ ਕਾਹਨੂੰ, ਫਿਰ ਸ਼ੋਰਟ ਵਾਲ ਵੀ ਜ਼ਿਆਦਾ ਵਧੀਆ ਨਹੀਂ ਲੱਗਦੇ ਹੈ। ਅਤੇ ਕਿਹਨੂੰ ਕਿਹਨੂੰ ਲੰਬੇ ਵਾਲ ਪਸੰਦ ਹੈ ਦੱਸਿਓ। ਥੋੜ੍ਹੇ 3-4 ਮਹੀਨੇ ਦੀ ਔਖੀ ਹੈ, ਜ਼ਿਆਦਾ ਟਾਈਮ ਤਾਂ ਕੁਛ ਨਹੀਂ, 3-4 ਮਹੀਨੇ ਗਰਮੀ ਲੱਗਦੀ ਹੈ, ਫਿਰ ਉਹ ਤੋਂ ਬਾਅਦ ਤਾਂ ਫਿਰ ਮੌਸਮ ਸਹੀ ਹੋ ਜਾਂਦਾ ਹੈ। ਹੁਣ ਬੰਦ ਕਰਕੇ ਰੱਖਣਾ ਪਿਆ ਕਰਨਾ, ਅਤੇ ਹੇਅਰ ਵਾਸ਼ ਵੀ 2-3 ਤੋਂ 4 ਵਾਰ ਕਰਨੇ ਪਿਆ ਕਰਨੇ ਮੈਨੂੰ ਹਫ਼ਤੇ 'ਚ, ਕਿਉਂਕਿ ਫਿਰ ਪਸੀਨਾ ਆ ਕੇ ਬਹੁਤ ਜ਼ਿਆਦਾ ਸਮੈਲ ਆਉਂਦੀ ਹੈ, ਫਿਰ ਹੇਅਰ ਫੋਲ ਹੁੰਦਾ ਹੈ ਬਹੁਤ ਜ਼ਿਆਦਾ। ਅਜੇ ਪੂਰੀ ਤਰ੍ਹਾਂ ਨਹੀਂ ਸੁੱਕੇ, ਹਲਕੇ ਜਿਹੇ ਗਿੱਲੇ ਹੈ। ਅਤੇ ਮੈਂ ਪਹਿਲਾਂ ਨੀਚੇ ਤੋਂ ਕੌਂਬ ਕਰਨੀ ਸਟਾਰਟ ਕਰਦੀ ਹੁੰਦੀ, ਕਿਉਂਕਿ ਅਗਰ ਆਪਾਂ ਇੱਥੋਂ ਸਿੱਧੇ ਕਰੂੰਗੇ ਫਿਰ ਜੜ੍ਹਾਂ 'ਤੇ ਜ਼ੋਰ ਪੈਂਦਾ, ਫਿਰ ਹੇਅਰ ਫੋਲ ਹੋਣਾ ਸਟਾਰਟ ਹੋ ਜਾਂਦਾ, ਰਫ ਹੋ ਜਾਂਦੇ ਆ ਵਾਲ। ਅਤੇ ਹੁਣ ਕੁਛ ਦੇਰ ਤੋਂ ਗੁਣਤਾਸ਼ ਦੇ ਵੀ ਬਹੁਤ ਜ਼ਿਆਦਾ ਵਾਲ ਝੜ ਰਹੇ ਹੈ, ਉਹਦੀ ਵੀ ਮੈਨੂੰ ਥੋੜ੍ਹੀ ਟੈਨਸ਼ਨ ਜਿਹੀ ਹੋਈ, ਮੈਨੂੰ ਪਤਾ ਨਹੀਂ ਕਿਉਂ ਵਾਲ ਝੜ ਰਹੀ, ਹੋ ਸਕਦਾ ਮੌਸਮ ਚੇਂਜ ਹੋ ਰਿਹਾ ਤਾਂ ਹੋਣ, ਅਤੇ ਉਹਦੇ ਵੀ ਨਹੀਂ ਤਾਂ ਫਿਰ ਹੁਣ ਮੈਂ ਕੋਈ ਆਇਲ ਯੂਜ਼ ਕਰੂੰਗੀ ਬਣਾ ਕੇ, ਤਾਂ ਕਿ ਹੇਅਰ ਫੋਲ ਦਾ ਰੁੱਕ ਜੇ। ਅਤੇ ਮੇਰਾ ਗਲਾ ਹੁਣ ਥੋੜ੍ਹਾ ਜਿਹਾ ਠੀਕ ਹੈ, ਬਸ 20% ਰਹਿ ਗਿਆ। ਮੈਂ ਵਾਲ ਆਪਣੇ ਵਾਹ ਕੇ ਹੁਣ ਮੈਂ ਕਲੱਚਰ ਲਾ ਲਿਆ, ਕਿਉਂਕਿ ਥੋੜ੍ਹੇ ਜਿਹੇ ਅਜੇ ਗਿੱਲੇ ਆ, ਪੂਰੀ ਤਰ੍ਹਾਂ ਨਹੀਂ ਸੁੱਕੇ। ਅਤੇ ਹੁਣ ਮੈਂ ਭੁੱਲ ਗਈ ਸਵੇਰ ਦੀ, ਮੈਂ ਦਹੀਂ ਜਮਾ ਕੇ ਰੱਖਿਆ ਹੋਇਆ ਅਤੇ ਮੈਂ ਕੱਢਿਆ ਨਹੀਂ, ਮੈਂ ਭੁੱਲ ਗਈ, ਹੁਣ ਦੇਖਦੀ ਹਾਂ ਮੈਂ ਕੱਢਦੀ ਹਾਂ। ਅਤੇ ਮੈਂ ਦਹੀਂ ਓਵਨ 'ਚ ਜਮਾਉਂਦੀ ਹੁੰਦੀ ਹਾਂ, ਕਿਉਂਕਿ ਉਹਦੇ 'ਚ ਬਿਲਕੁਲ ਵੀ ਹਵਾ ਨਹੀਂ ਪੈਂਦੀ, ਫਿਰ ਇਹਨੂੰ ਵਧੀਆ ਦਹੀਂ ਜੰਮ ਜਾਂਦਾ ਹੈ। ਦੇਖਦੇ ਹਾਂ ਜਿੰਨੇ ਕਿ ਨਹੀਂ, ਦੇਖੋ ਦਹੀਂ ਬਿਲਕੁਲ ਵਧੀਆ ਜੰਮ ਗਿਆ। ਅਤੇ ਹੁਣ ਜੀ ਹਟੀ ਹਾਂ ਮੈਂ ਆਪਣੀ ਰੋਟੀ ਖਾ ਕੇ ਦੁਪਹਿਰ ਦੀ, ਅਤੇ ਦੇਖਦੇ ਹਾਂ ਕੁਛ ਮਿੱਠਾ ਖਾਣ ਨੂੰ ਦਿਲ ਕਰਦਾ ਕਿਆ ਹੈ ਅੱਜ ਫਰਿੱਜ 'ਚ। ਲਿਆਏ ਸੀਗੇ ਰਵੀ ਕੁਲਫੀਆਂ, ਪਰ ਇਹ ਨਹੀਂ ਖਾਣੀ ਮੈਂ, ਮੇਰਾ ਨਹੀਂ ਦਿਲ ਕਰਦਾ ਇਹਨੂੰ, ਗਲਾ ਖਰਾਬ ਹੈ ਮੇਰਾ। ਅਤੇ ਮੈਂ ਇਹ ਖਾਊਂਗੀ, ਕਿਆ ਚੀਕੂ ਹੁੰਦੇ ਆ ਇਹ, ਮੈਨੂੰ ਬਹੁਤ ਵਧੀਆ ਲੱਗਦੇ, ਅਤੇ ਦੇਖਦੇ ਹਾਂ ਖਾਂਦੇ ਹਾਂ।
ਓਕੇ ਮੈਂ ਫਰਿੱਜ 'ਚ ਰੱਖ ਲਏ ਸੀ, ਮੰਮੀ ਲਿਆਏ ਸੀਗੇ, ਅਤੇ ਇਹ ਮਿਲੀ ਮੈਨੂੰ ਇੱਕ ਗੁੰਦਾਸ਼ ਦੀ ਡਰੈਸ ਮਿਲ ਗਈ, ਅਤੇ ਇਹਦੀ ਟੀ ਸ਼ਰਟ ਹੈ ਅਤੇ ਨੀਚੇ ਸ਼ੋਰਟਸ ਹੈ, ਅਤੇ ਇੱਕ ਅਜੇ ਹੋਰ ਲੱਭਣੀ ਹੈ ਉਹ ਨਹੀਂ ਮਿਲੀ, ਅਤੇ ਉਹਨੂੰ ਪਤਾ ਨਹੀਂ ਮੈਂ ਕਿੱਥੇ ਰੱਖ ਕੇ ਭੁੱਲ ਗਈ, ਅਤੇ ਇੱਕ ਇਹ ਵੀ ਹੈ, ਇਹ ਤਾਂ ਹੁਣ ਘਰ ਪਾਊਗਾ, ਪਰ ਸਕੂਲ ਵਾਲੀ ਬੱਚੇ ਘਰ ਵੀ ਨਹੀਂ ਪਾਉਂਦੇ, ਬਿਲਕੁਲ ਨਿਊ ਪਈ ਹੈ। ਕਿਹਨੂੰ ਕਿਹਨੂੰ ਵਧੀਆ ਲੱਗਦੇ ਮੈਨੂੰ ਦੱਸਿਓ, ਮੈਨੂੰ ਬਹੁਤ ਵਧੀਆ ਲੱਗਦੇ ਇਹ ਚੀਕੂ ਹੁੰਦੇ ਜਿਹੜੇ, ਗੁਣਤਾਸ਼ ਨਹੀਂ ਇਹ ਖਾਂਦਾ, ਉਹਨੂੰ ਗ੍ਰੇਪਸ ਵਧੀਆ ਲੱਗਦੇ ਹੈ, ਅਤੇ ਐਪਲ ਬਨਾਨਾ ਉਹ ਇਹ ਵਾਲੇ ਫਰੂਟ ਖਾਂਦਾ, ਇਹ ਨਹੀਂ ਬਿਲਕੁਲ ਵੀ ਖਾਂਦਾ ਉਹ। ਅਤੇ ਲੰਚ ਜੀ ਮੇਰਾ ਹੋ ਗਿਆ, ਹੁਣ ਮੈਂ ਕਰੂੰਗੀ ਥੋੜ੍ਹੀ ਦੇਰ ਰੈਸਟ ਜਦ ਤੱਕ ਗੁਣਤਾਸ਼ ਨਹੀਂ ਆਉਂਦਾ, ਅਤੇ ਸ਼ਾਇਦ ਮੈਂ ਸੌਂ ਵੀ ਜਾਵਾਂ, ਪਰ ਪੱਕਾ ਨਹੀਂ ਪਤਾ ਕਿਉਂਕਿ ਟਾਈਮ ਥੋੜ੍ਹਾ ਰਹਿ ਗਿਆ ਉਹਦੀ ਛੁੱਟੀ ਨੂੰ, ਫਿਰ ਸੌ ਨਹੀਂ ਹੋਣਾ, ਅਤੇ ਉਹਦੇ ਆਉਣ ਤੱਕ ਵੇਟ ਕਰਦੀ ਹਾਂ, ਅਤੇ ਥੋੜ੍ਹੀ ਰੈਸਟ ਕਰੂੰਗੀ ਮੈਂ। ਅਤੇ ਇੱਕ ਗੱਲ ਹੋਰ, ਅਤੇ ਪਿੱਛੇ ਮੈਂ ਸਿਰਹਾਣਾ ਰੱਖਿਆ ਹੋਇਆ, ਮੈਂ ਇੱਥੇ ਲੋਬੀ 'ਚ ਰਹਿੰਦੀ ਹਾਂ ਜ਼ਿਆਦਾ, ਅਤੇ ਇੱਥੇ ਮੈਂ ਰੈਸਟ ਕਰ ਲੈਂਦੀ, ਆਪਣਾ ਖਾਣਾ ਪੀਣਾ ਖਾਣਾ ਹੁੰਦਾ, ਟੀ ਵੀ ਦੇਖਣਾ ਹੁੰਦਾ। ਅਤੇ ਮੈਨੂੰ ਕਮੈਂਟ ਆਉਂਦੇ ਆ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਆ, ਅਤੇ ਆਪਣੇ ਬਾਰੇ ਦੱਸੋ, ਆਪਣੀ ਫੈਮਿਲੀ ਬਾਰੇ ਦੱਸੋ। ਅਤੇ ਮੈਂ ਪਹਿਲਾਂ ਵੀ ਇੱਕ ਵੀਡੀਓ 'ਚ ਕਿਹਾ ਸੀ ਕਿ ਜਦੋਂ ਮੇਰੇ 1000 ਸਬਸਕ੍ਰਾਈਬਰ ਹੋ ਗਏ ਤਾਂ ਫਿਰ ਮੈਂ ਆਪਣੀ ਇੰਟਰੋ ਵੀਡੀਓ ਲੈ ਕੇ ਆਊਂਗੀ, ਅਤੇ ਤੁਸੀਂ ਜਲਦੀ ਜਲਦੀ 1000 ਸਬਸਕ੍ਰਾਈਬਰ ਕੰਪਲੀਟ ਕਰੋ, ਬਸ ਥੋੜ੍ਹੇ ਹੀ ਰਹਿ ਗਏ, ਮਤਲਬ 900 ਹੋ ਗਏ, 100 ਸਬਸਕ੍ਰਾਈਬਰ ਰਹਿ ਗਿਆ, ਅਤੇ ਤੁਸੀਂ ਜਲਦੀ ਜਲਦੀ ਕੰਪਲੀਟ ਕਰੋ। ਉਹ ਤੋਂ ਬਾਅਦ ਮੈਂ ਆਪਣੀ ਇੰਟਰੋ ਵੀਡੀਓ ਲੈ ਕੇ ਆਊਂਗੀ ਕਿ ਮੈਂ ਕਿੱਥੋਂ ਬਿਲੋਂਗ ਕਰਦੀ, ਕੋਈ ਫੈਮਿਲੀ 'ਚ ਕੌਣ ਕੌਣ ਹੈ, ਅਤੇ ਮੈਂ ਸਾਰਾ ਆਪਣੇ ਬਾਰੇ ਤੁਹਾਨੂੰ ਦੱਸੂੰਗੀ। ਜਲਦੀ ਜਲਦੀ 1000 ਸਬਸਕ੍ਰਾਈਬਰ ਕੰਪਲੀਟ ਕਰ ਦਿਉ, ਅਤੇ ਮੈਂ ਉਹਦੀ ਵੇਟ 'ਚ, ਅਤੇ ਆਪਾਂ ਫਿਰ ਵੀਡੀਓ ਲੈ ਕੇ ਆਵਾਂਗੇ ਆਪਣੀ। ਅਤੇ ਹੁਣ ਕਰਦੀ ਹਾਂ ਰੈਸਟ, ਅਤੇ ਫਿਰ ਅੱਗੇ ਬਾਅਦ 'ਚ ਕਰਦੀ ਹਾਂ ਬਲੌਗ ਕੰਟੀਨਿਊ। ਬੱਜ ਗਏ ਜੀ 4, ਅਤੇ ਗੁਣਤਾਸ਼ ਵੀ ਆ ਗਿਆ ਸੀ ਸਕੂਲ ਤੋਂ, ਅਤੇ ਮੈਂ ਥੋੜ੍ਹੀ ਦੇਰ ਸੌ ਗਈ ਸੀ, ਅਤੇ ਇੱਕਦਮ ਅਲਾਰਮ ਵੱਜਿਆ, ਫਿਰ ਮੈਂ ਉੱਠੀ, ਹਾਂ ਮੇਰਾ ਮੇਰੇ ਸਿਰ ਜਾਂ ਦੁੱਖਣ ਲੱਗ ਗਿਆ, ਹੈਡੇਕ ਹੋ ਗਿਆ, ਅਤੇ ਆ ਕੇ ਉਹਨੇ ਮੈਗੀ ਖਾ ਲਈ। ਹੁਣ ਮੈਂ ਭਾਂਡੇ ਭੁੰਡੇ ਸਾਫ਼ ਕੀਤੇ, ਰਸੋਈ ਸਾਫ਼ ਕਰੀ ਸਾਰੀ, ਟਿਫਨ ਕਲੀਨ ਕਰਿਆ ਇਹਦਾ, ਅਤੇ ਚਾਹ ਬਣਾਈ। ਹੁਣ ਇਹਨੂੰ ਪੁੱਛਿਆ ਚਾਹ ਨਹੀਂ ਪੀਣੀ, ਕਹਿੰਦਾ ਮੰਮਾ ਮੈਂ ਕੋਲਡ ਡਰਿੰਕ ਪੀਣਾ, ਇਹਨੂੰ ਕੋਲਡ ਡਰਿੰਕ ਦੇ ਤਾ, ਅਤੇ ਲਿਮਕਾ ਦਿੱਤਾ ਸੀ ਮੈਂ, ਕਿਹਾ ਚਲੋ ਨਾਲੇ ਉਹਦੇ ਨਾਲ ਹਜ਼ਮ ਵੀ ਹੋ ਜਾਂਦਾ ਹੈ, ਇਹਨੂੰ ਗਰਮੀ ਜੀ ਲੱਗੀ ਸਕੂਲ ਤੋਂ ਆ ਕੇ, ਬਾਹਰ ਤਾਂ ਗਰਮੀ ਹੁੰਦੀ ਹੈ, ਅਤੇ ਹੁਣ ਮੈਂ ਪੀਊਂਗੀ ਚਾਹ। ਮੇਰਾ ਐਵੇਂ ਹੈਡਿਕ ਜਿਹਾ ਹੋ ਰਿਹਾ, ਇੱਕਦਮ ਉੱਠਣੇ ਨਾਲ ਹੋ ਜਾਂਦਾ ਮੈਨੂੰ, ਅਤੇ ਉਸ ਤੋਂ ਬਾਅਦ ਫਿਰ ਇਹਨੂੰ ਪੜ੍ਹਾਉਣਾ ਹੈ, ਹੋਮਵਰਕ ਆਇਆ ਜਿਹੜਾ ਉਹ ਕਰਵਾਉਂਗੀ, ਅਤੇ ਮੈਂ ਭਰੀ ਹੋਈ ਚਾਹ, ਅੱਜ ਚਾਹ 'ਚ ਮਿੱਠਾ ਪਾਉਣਾ ਹੀ ਭੁੱਲ ਗਈ, ਮਤਲਬ ਸ਼ੱਕਰ ਮੈਂ ਐਡ ਹੀ ਨਹੀਂ ਕਰੀ, ਐਵੇਂ ਹੀ ਕੱਢ ਲਈ ਜਾਂ ਮੈਂ ਪੀਣ ਲੱਗੀ, ਨਹੀਂ ਤਾਂ ਬਿਲਕੁਲ ਫਿੱਕੀ ਪਈ ਹੈ। ਫਿਰ ਮੈਂ ਸੋਚਦੀ ਮੈਂ ਕਿਹਾ ਜਿਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੁੰਦੀ ਉਹ ਕਿਵੇਂ ਪੀਂਦੇ ਹੋਣੇ ਇੰਨੀ ਫਿੱਕੀ ਚਾਹ। ਕੰਮ ਚਲੋ ਕੋਈ ਬਿਮਾਰੀ ਨਹੀਂ ਕਿਸੇ ਨੂੰ ਲੱਗਣੀ ਚਾਹੀਦੀ, ਜਿਹਦੇ ਨਾਲ ਆਪਣਾ ਖਾਣਾ ਪੀਣਾ ਵੀ ਬੰਦਾ ਛੱਡ ਜੇ, ਆਪਣੇ ਮਨ ਪਸੰਦ ਦਾ ਖਾ ਵੀ ਨਾ ਸਕੇ, ਇਸ ਲਈ ਪਹਿਲਾਂ ਤੋਂ ਹੀ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ, ਆਪਣਾ ਐਕਸਰਸਾਈਜ਼ ਵਗੈਰਾ ਕਰਨੀ ਚਾਹੀਦੀ ਹੈ, ਅਤੇ ਮੈਂ ਖੁਦ ਛੱਡੀ ਹੋਈ ਐਕਸਰਸਾਈਜ਼, ਮੇਰਾ ਖੁਦ ਵੇਟ ਵਧਿਆ ਪਿਆ, ਅਤੇ ਇਸੇ ਲਈ ਪਿੰਪਲਸ ਵਗੈਰਾ ਹੋ ਰਹੇ ਮੇਰੇ ਵੀ, ਅਤੇ ਹੁਣ ਕਰੂੰਗੀ ਮੈਂ ਵੀ ਕੰਟੀਨਿਊ ਦੁਬਾਰਾ ਆਪਣਾ ਐਕਸਰਸਾਈਜ਼, ਕਿਉਂਕਿ ਵੇਟ ਵੱਧ ਜਾਂਦਾ ਫਿਰ ਹੋਰ ਪ੍ਰੋਬਲਮਸ ਆਉਣੀ ਸਟਾਰਟ ਹੋ ਜਾਂਦੀਆਂ, ਬੀਪੀ ਥਾਇਰਡ ਮਤਲਬ ਕਿੰਨੀਆਂ ਪ੍ਰੋਬਲਮ ਆ ਜਾਂਦੀਆਂ, ਆਪਾਂ ਨੂੰ ਕੈਲਸ਼ੀਅਮ ਘੱਟ ਜਾਂਦਾ ਹੈ ਆਪਣਾ, ਫਿਰ ਆਪਣੀਆਂ ਜਿਹੜੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ, ਇਸ ਲਈ ਧਿਆਨ ਰੱਖਣਾ ਚਾਹੀਦਾ। ਅਤੇ ਹੁਣ ਮੈਂ ਸ਼ੂਗਰ ਸ਼ੱਕਰ ਐਡ ਕਰ ਲਈ ਚਾਹ 'ਚ, ਅਤੇ ਹੁਣ ਚਾਹ ਪੀਊਂਗੀ, ਅੱਜ ਮੈਂ ਕੱਦੂ ਦੀ ਸਬਜ਼ੀ ਬਣਾਉਣੀ ਹੈ, ਅਤੇ ਅੱਜ ਮੈਂ ਬਣਾਉਣੀ ਇਹ ਵਾਲੀ ਸਬਜ਼ੀ, ਇਹ ਵਾਲਾ ਜਿਹੜਾ ਹਰਾ ਕੱਦੂ ਹੁੰਦਾ ਹੈ, ਅਤੇ ਮੈਂ ਇਹਨੂੰ ਐਵੇਂ ਧੋ ਕੇ ਐਵੇਂ ਹੀ ਬਣਾਉਂਦੀ ਹਾਂ, ਮਤਲਬ ਕੱਟ ਕਰਕੇ ਜਿਹੜਾ ਉੱਪਰ ਇਹਦਾ ਸਕਿਨ ਹੁੰਦੀ ਮੈਂ ਇਹਨੂੰ ਨਿਤਾਰਦੀ, ਇਹਨੂੰ ਵਿੱਚੇ ਪਾਉਂਦੀ ਹਾਂ, ਅਤੇ ਕਈ ਉੱਪਰ ਛਿੱਲ ਕੇ ਬਣਾਉਂਦੇ ਆ, ਪਰ ਮੈਂ ਐਵੇਂ ਬਣਾਉਂਦੀ ਹਾਂ, ਅਤੇ ਮੈਨੂੰ ਦੱਸਿਓ ਤੁਸੀਂ ਕਿਵੇਂ ਬਣਾਉਂਦੇ ਹੋ। ਅਤੇ ਮੈਂ ਥੋੜ੍ਹੀ ਜਿਹੀ ਇਹਦੇ 'ਚ ਚੀਨੀ ਵੀ ਐਡ ਕਰਦੀ ਹਾਂ, ਅਤੇ ਅਮਚੂਰ ਪਾਊਡਰ, ਅਤੇ ਮਸਾਲੇ ਲਸਣ ਵਗੈਰਾ ਐਡ ਕਰਕੇ ਫਿਰ ਵਧੀਆ ਜਿਹਾ ਬਣਾਉਂਦੇ ਹਾਂ ਜੀ। ਰਵੀ ਦਾ ਬਹੁਤ ਫੇਵਰੇਟ ਹੈ ਇਹ, ਜਦੋਂ ਆਉਂਦੇ ਫਿਰ, ਪਰ ਉਹ ਬਹੁਤ ਜ਼ਿਆਦਾ ਮਸਾਲਿਆਂ ਵਾਲਾ ਪਸੰਦ ਕਰਦੇ ਆ, ਜਿਵੇਂ ਬਹੁਤ ਸਾਰਾ ਤੇਲ ਹੋਣਾ ਚਾਹੀਦਾ ਵਿੱਚ ਥਾਂ ਖਾਂਦੇ ਆ, ਅਦਰਵਾਈਜ਼ ਨਹੀਂ। ਪਰ ਮੈਂ ਅੱਜ ਸਿੰਪਲ ਥੋੜ੍ਹਾ ਸਿੰਪਲ ਬਣਾਉਂਗੀ, ਇੰਨਾ ਵੀ ਸਿੰਪਲ ਨਹੀਂ ਕਿ ਖਾਏ ਨਾ ਹੋਵੇ, ਚੀਨੀ ਐਡ ਕਰਕੇ ਵਧੀਆ ਜਿਹਾ ਬਣਾਵਾਂਗੇ।
ਅਤੇ ਹੁਣ ਚਾਹ ਪੀ ਲੈਂਦੇ ਹਾਂ। ਚਾਹ ਮੈਂ ਲੈ ਲਈ ਆਪਣੀ ਅਤੇ ਹੁਣ ਮੈਂ ਚਾਹ ਪੀਊਂਗੀ, ਫਿਰ ਇਹਨੂੰ ਹੋਮਵਰਕ ਕਰਾ ਕੇ ਫਿਰ ਇਹ ਵਾਲਾ ਵਲੋਗ ਵੀ ਐਡਿਟ ਕਰਨਾ ਹੈ ਅਤੇ ਤੁਹਾਡੇ ਲਈ ਅਪਲੋਡ ਕਰੂੰਗੀ। ਅੱਜ ਸਾਡੇ ਲਾਈਟ ਨਹੀਂ ਹੈਗੀ ਸੁਬਹਾ ਤੋਂ, ਅਤੇ ਪਿੱਛੇ ਪੱਖੇ ਦੀ ਆਵਾਜ਼ ਆਉਂਦੀ ਹੈ, ਜਦੋਂ ਲਾਈਟ ਨਹੀਂ ਹੁੰਦੀ ਫਿਰ ਐਵੇਂ ਚੱਲਦੇ ਪੱਖੇ ਆਵਾਜ਼ਾਂ ਕੱਢਦੇ ਹਾਂ ਬਹੁਤ ਜ਼ਿਆਦਾ। ਅਤੇ ਗਰਮੀਆਂ 'ਚ ਸਟਾਰਟ ਨਹੀਂ ਹੋਈਆਂ ਅਤੇ ਲਾਈਟ ਤੰਗ ਵੀ ਕਰਨ ਲੱਗ ਗਈ, ਅੱਗੇ ਅੱਗੇ ਬਹੁਤ ਤੰਗ ਕਰਨਾ, ਸਾਡੇ ਪਿੰਡ ਬਹੁਤ ਤੰਗ ਕਰਦੀ ਹੈ ਲਾਈਟ, ਇੱਕ ਵਾਰ ਤਿੰਨ ਤਿੰਨ ਦਿਨ ਨਹੀਂ ਸੀ ਆਈ। ਅਤੇ ਦਰੱਖਤਾਂ ਥੱਲੇ ਬੈਠਣਾ ਪੈਂਦਾ, ਇਨਵਰਟਰ ਵੀ ਡਾਊਨ ਹੋ ਜਾਂਦਾ, ਇਨਵਰਟਰ ਵੀ ਕਿੰਨਾ ਟਾਈਮ ਕੱਢੂਗਾ। ਅਤੇ ਗਰਮੀਆਂ ਔਖੀਆਂ ਹੀ ਲੰਘਦੀਆਂ ਏ, ਲਾਈਟ ਬਹੁਤ ਤੰਗ ਕਰਦੀ ਸਾਡੇ ਪਿੰਡ। ਅਤੇ ਹੁਣ ਪੀਂਦੇ ਹਾਂ ਚਾਹ। ਪਿੱਛੇ ਡੈਡੀ ਦੀ ਫੋਟੋ ਹੈ ਮੇਰੇ ਸਹੁਰਾ ਸਾਹਿਬ, ਇਹ ਗੁਰਦਾਸ ਨੇ ਲਗਾਈ, ਪਹਿਲਾਂ ਮੈਂ ਅੰਦਰ ਲਗਾਈ ਹੋਈ ਸੀ ਇਹ, ਇੱਕ ਦਿਨ ਕਹਿੰਦਾ ਦਾਦੂ ਦੀ ਫੋਟੋ ਇੱਥੇ ਲਗਾਉਣੀ, ਉਹਨੂੰ ਕਾਫੀ ਲਗਾਵੇ, ਨਾਲੇ ਕਦੇ ਦੇਖੇ ਨਹੀਂ ਇਹਨੇ, ਮੈਂ ਵੀ ਨਹੀਂ ਦੇਖੇ, ਸਾਡੇ ਤੋਂ ਪਹਿਲਾਂ ਹੀ ਡੈਥ ਹੋ ਗਈ ਸੀਗੀ, ਇਹਦੇ ਪਾਪਾ ਵੀ ਛੋਟੇ ਜਿਹੇ ਸੀ ਰਵੀ ਉਦੋਂ। ਅਤੇ ਚਲੋ ਜੀ ਚਾਹ ਪੀਂਦੇ ਹਾਂ ਪਹਿਲਾਂ। ਵੇਖੋ ਪੱਖਾ ਕਿਵੇਂ ਚੱਲ ਰਿਹਾ, ਦਰਸ਼ ਕਿੰਨੇ ਪੱਖਾ ਆਵਾਜ਼ ਕਰ ਰਿਹਾ ਹੈ ਨਾ, ਲਾਈਟ ਨਹੀਂ ਨਾ, ਅੱਜ ਸੁਬਹਾ ਤਾਂ ਲਾਈਟ ਨਹੀਂ ਆਈ।